ਹਾਂਜੀ ਡਾਕਟਰ ਸੁਰਿੰਦਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਬਾਲ ਮੁਕਾਂਜੀ ਬਾਰੇ? ਆਪਣੇ ਛੋਟੇ ਵੀਰ ਨੇ ਜੀ, ਇਹ ਇਹਨਾਂ ਦੇ ਬ੍ਰਦਰ ਵੀ ਡਾਕਟਰ ਸਾਹਿਬ ਨੇ, ਸਾਡੇ ਲੋਹੀਆਂ ਹੀ ਪ੍ਰੈਕਟਿਸ ਕਰਦੇ ਨੇ, ਅਤੇ ਉਹ ਮੇਰੇ ਤੋਂ ਥੋੜ੍ਹੇ ਛੋਟੇ ਸੀ, ਅਤੇ ਇਹ ਮੇਰੇ ਛੋਟੇ ਭਰਾ ਨਾਲ ਪੜ੍ਹਦੇ। ਤੁਸੀਂ ਕਾਹਦੇ ਡਾਕਟਰ ਹੋ? ਮੈਂ GMS ਡਿਗਰੀ ਕੀਤੀ ਸੀ ਜਲੰਧਰ ਤੋਂ ਜੀ। ਅਤੇ ਜੇ ਦਿਲ ਘੱਟਦਾ ਹੋਵੇ ਕੀ ਕਰਨਾ ਚਾਹੀਦਾ? ਤੇ ਕਾਫੀ ਦੇਰ ਹੋ ਗਿਆ ਜੀ। ਤੇ ਜੇ ਪੈਸੇ ਘੱਟਦੇ ਹੁਣ ਫਿਰ ਕੀ ਕਰਨਾ ਚਾਹੀਦਾ? ਪੈਸੇ ਹੋਰ ਮੰਗ ਲਓ। ਥੈਂਕ ਯੂ ਜੀ, ਥੈਂਕ ਯੂ। ਅੱਛਾ ਜੀ, ਸਮਾਂ ਬਹੁਤ ਥੋੜ੍ਹਾ ਆਪਣਾ ਬਾਲਮਕਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਅਮਰੀਕਾ ਫੇਰੀ 'ਤੇ ਆਏ ਹੋ, ਸਵਾਗਤ ਕਰਦੇ ਅਸੀਂ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਵੱਲੋਂ ਵੀ, ਜਸ ਪੰਜਾਬੀ ਵੱਲੋਂ ਵੀ, ਇੱਥੇ ਨੀਟੂ ਵਡਿਆਲ ਜੀ ਜਿਹੜੀ ਸਾਡੀ ਸਾਰੀ ਟੀਮ ਹੈ, ਨਵਨੀਤ ਕਲਸੀ ਸਾਡੀ ਨਿਊਯਾਰਕ ਤੋਂ ਆਏ ਹੋਈ ਟੀਮ ਦੇ ਵਿੱਚ ਮੈਂਬਰ ਹੈ, ਦਿਲਬਾਗ ਬੰਗੜ, ਜਦੋਂ ਵੀ ਅਸੀਂ ਇੱਥੇ ਕੈਲੀਫੋਰਨੀਆ ਫਰਿਜ਼ਨੋ ਏਰੀਆ 'ਚ ਸ਼ੂਟਿੰਗ ਕਰਦੇ ਹਾਂ, ਸਾਡਾ ਬੜਾ ਸਾਥ ਦਿੰਦੇ ਨੇ, ਅਤੇ ਅਵਤਾਰ ਗਿੱਲ ਸਾਹਿਬ ਜਿੰਨੇ ਹੋਰ ਸਾਰੇ ਮਹਿਮਾਨ ਆਏ ਨੇ, ਸਭ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਬਾਲਮਕਾਂਜੀ, ਅਖੀਰ ਦੇ ਵਿੱਚ ਇੱਕ ਤਾਂ ਮਾਰਕਫੈੱਡ ਬਾਰੇ ਸੰਖੇਪ ਦੇ ਵਿੱਚ ਜ਼ਰੂਰ ਦੱਸ ਦਿਓ ਥੋੜ੍ਹਾ ਜਿਹਾ ਹੋਰ, ਅਤੇ ਇੱਕ ਛਣਕਾਟੇ ਬਾਰੇ ਦੁਬਾਰਾ ਜ਼ਰੂਰ ਦੱਸ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਜਸ ਗਰੁੱਪ ਦਾ, ਮੈਡਮ ਪੈਨੀ ਸੰਧੂ ਜੀ ਦਾ, ਅਤੇ ਜੱਗੀ ਜੀ ਦਾ, ਅਤੇ ਪੂਰੇ ਜਸ ਗਰੁੱਪ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਮਾਰਕਫੈੱਡ ਨੂੰ ਇਹ ਮਾਣ ਬਖਸ਼ਿਆ ਕਿ ਅਸੀਂ ਆਪਣੇ ਸੋਨਾ ਪ੍ਰੋਡਕਟ ਜਿਹੜੇ ਆ ਨੌਰਥ ਅਮੈਰੀਕਾ ਵਿੱਚ ਮੋਮੈਂਟਮ ਦੇਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਆ, ਸੋਨਾ ਖਾਓ ਸੋਨਾ ਜੀਓ, ਅਤੇ ਉਹਦਾ ਮੋਟਿਵ ਇਹੀ ਆ ਕਿ ਸੋਹਣੇ ਪੰਜਾਬ ਦਾ ਸੋਹਣਾ ਸਵਾਦ ਘਰ ਘਰ ਪਹੁੰਚੇ, ਉਹਦੇ ਵਾਸਤੇ ਤੁਸੀਂ ਜੋ ਸਾਨੂੰ ਅੱਜ ਸਹਿਯੋਗ ਦਿੱਤਾ ਉਹਦੇ ਲਈ ਮਾਰਕਫੈੱਡ ਨੂੰ ਮੈਂ ਫਰਜ਼ ਸਮਝਦਾ, ਤੁਹਾਡਾ ਧੰਨਵਾਦ ਕਰਾਂ। ਔਰ ਨਾਲ ਦੀ ਨਾਲ ਮੇਰੀ ਬੇਨਤੀ ਹੈਗੀ ਆ ਕਿ ਜੇ ਆਪਾਂ ਪੰਜਾਬੀਆਂ ਨੇ ਹੱਸਣਾ ਖੇਡਣਾ ਵਾ ਤਾਂ ਛਣਕਾਟਾ ਦੀ ਤੁਹਾਡੀ ਜਿਹੜਾ ਪਿਆਰ ਮਿਲਿਆ ਵਾ ਉਹਦੇ ਵਾਸਤੇ ਭੱਲਾ ਜੀ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ 2020 ਵਿੱਚ ਛਣਕਾਟਾ ਜਿਹੜਾ ਉਹ ਫਿਲਮ ਦੇ ਰੂਪ 'ਚ ਲਿਆ ਕੇ ਤੁਹਾਡੀ ਝੋਲੀ ਪਾਈਏ। ਮੈਂ ਇੱਕ ਵਾਰ ਫਿਰ ਪੂਰੇ ਨੌਰਥ ਅਮੈਰੀਕਨ ਦਾ ਬਹੁਤ ਧੰਨਵਾਦ ਕਰਦਾ। ਬੜੀ ਮਿਹਰਬਾਨੀ ਜੀ, ਇੱਕ ਵਾਰ ਫਿਰ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ, ਘਰਾਂ ਵਿੱਚ ਬੈਠੇ ਪੰਜਾਬੀਆਂ ਦਾ ਧੰਨਵਾਦ ਕਰਦੇ ਹੋਏ, ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਚਾਹੁੰਦੇ ਤੁਹਾਡੇ ਕੋਲੋਂ, ਅੱਜ ਲਈ ਇੰਨਾ ਹੀ ਕਾਫੀ, ਗੁਸਤਾਖੀ ਲਈ ਮਾਫੀ। ਕੋਈ ਵੀ ਜਾਣਕਾਰੀ ਦੇਣੀ ਚਾਹੁੰਦੇ ਹੋ, ਜਾਣਕਾਰੀ ਲੈਣੀ ਚਾਹੁੰਦੇ ਹੋ, ਮਾਰਕਫੈੱਡ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਜਾਂ ਫਿਰ ਬਾਲਮਕਨ ਸ਼ਰਮਾ ਜੀ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਤਾਂ ਜ਼ਰੂਰ ਤੁਸੀਂ ਜਿਹੜਾ ਹੈਗਾ ਸਾਨੂੰ ਈਮੇਲ ਕਰ ਸਕਦੇ ਹੋ, jaggi@jasbroadcasting.com, ਜਾਂ ਫਿਰ info@jasbroadcasting.com 'ਤੇ ਗੱਲਬਾਤ ਕਰ ਸਕਦੇ ਹੋ। ਫੇਸਬੁੱਕ, ਟਵਿੱਟਰ ਹੈਗੇ, ਨਾਲ ਦੀ ਨਾਲ ਸਾਡਾ ਵਟਸਐਪ ਦਾ ਨੰਬਰ ਹੈਗਾ, ਨਾਲ ਦੀ ਨਾਲ ਮੇਰਾ ਸੈੱਲ ਨੰਬਰ ਹੈਗਾ, ਕਿਸੇ ਵੀ ਗੱਲਬਾਤ ਵਾਸਤੇ ਤੁਸੀਂ ਕਦੇ ਵੀ 209-450-3362 'ਤੇ ਗੱਲਬਾਤ ਕਰ ਸਕਦੇ ਹੋ, 209-450-3362। ਅਖੀਰ ਦੇ ਵਿੱਚ ਸਭ ਦਾ ਬਹੁਤ ਬਹੁਤ ਧੰਨਵਾਦ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।